मैं नीलम रानी बोल रही हूँ। मेरा बेटा मेरे बेटे की कितनी खराब ने 5 साल तो असी पैसा पैसा जोड़ के असी चंडीगढ़ PGI लिखाया है असी किडनी का ओदे वास्ते असी जोड़ के रखते पे सी। 1:30 बजे आए है सानू असी एक कमरे च सारा परिवार सुते पे सी। AC वाले कमरे बेटे ने AC तो बगैर नहीं रख सकते उत्थे सुते पे सी। उन्होंने 1 बजे आके बाहर साढ़े ना ग्रिल नहीं लगी जाली लगी सी बारिया च ग्रिल तोड़ के बारी च वड़ के अंदर आ गए। अंदर आके उन्होंने साढ़े तीन तोले तो सोना 3 मुंदरिया 1 चैनी है 4 लाख रुपया असी 1-1 रुपया मेरे को जोड़िया कट्ठा करके असी चंडीगढ़ लेके जाना सी। टेस्ट होने से मुंडे दे जेड़े असी बच्चों के पैसे जोड़े हुए सी वह भी सारे लै गए परस भी लै गए कोई चीज नहीं उन्होंने छड़ी छड़ी। बच्चे की अज डायलसिंग होनी सी साढ़े कोई पैसा नहीं सी जरा हॉस्पिटल डायलसिंग के पैसे लैके चले जी ਉਹ ਬੱਚਾ ਅੱਜ ਰੋਂਦਾ ਗਿਆ ਹਸਪੀਟਲ ਚ। ਅਸੀਂ ਅੱਗੇ ਹੀ ਬੜੇ ਪਰੇਸ਼ਾਨ ਸੀ ਸਾਨੂੰ ਹੋਰ ਬੜਾ ਦੁਖੀ ਕਰ। ਅਸੀਂ ਇੱਥੇ ਮੰਨੋ ਕਿ ਰੋਡ ਗੁਰੂ ਕੇ ਮਹੱਲਾ ਵਾਰਡ ਨੰਬਰ 1 ਦੇ ਜਿੱਥੇ ਪਹੁੰਚੇ ਹਾਂ ਤੇ DSP ਸਾਹਿਬ ਤੇ SHO ਸਾਹਿਬ ਤੇ ਆਪਣੀਆਂ ਵੱਖ ਵੱਖ ਟੀਮਾਂ ਬਣਾ ਕੇ ਤੇ ਇਲਾਕਾ ਏਰੀਏ ਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਫੋਟੋਜ ਲੈ ਰਹੇ ਹਾਂ। ਕੋਈ ਅਣਪਛਾਤੇ ਬੰਦੇ ਇਹ 5-7 ਬੰਦੇ ਆ ਇਹ ਘਰ ਵਿੱਚ ਬਾਰੀ ਗਲੀ ਚੋਂ ਤੋੜ ਕੇ ਅੰਦਰ ਦਾਖਲ ਹੋਏ ਆ। ਇਹਨਾਂ ਦੀ ਜਿਹੜੀ ਅੰਦਰ ਗੁਰਜ ਬਾਰੀ ਦੇ ਵਿੱਚ 4 ਲੱਖ ਰੁਪਈਆ ਤੇ 3 ਤੋਲੇ ਸੋਨਾ ਲੈ ਕੇ ਫਰਾਰ ਹੋ ਗਏ। ਟੀਮਾਂ ਤੇ ਚੱਲ ਰਹੀ ਇਹ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ। ਮੈਂ ਨੀਲਮ ਰਾਣੀ ਬੋਲਦੀ ਹਾਂ। ਮੇਰਾ ਬੇਟਾ ਮੇਰੇ ਬੇਟੇ ਦੀ ਕਿਡਨੀ ਖਰਾਬ ਨੇ 5 ਸਾਲ ਤੋਂ ਅਸੀਂ ਪੈਸਾ ਪੈਸਾ ਜੋੜ ਕੇ ਅਸੀਂ ਚੰਡੀਗੜ੍ਹ PGI ਚ ਲਿਖਾਇਆ ਹੋਇਆ ਸੀ ਕਿਡਨੀ ਦਾ ਉਹਦੇ ਵਾਸਤੇ ਅਸੀਂ ਜੋੜ ਕੇ ਰੱਖਦੇ ਪਏ ਸੀ। 1:30 ਵਜੇ ਆਏ ਹੈ ਸਾਨੂੰ ਅਸੀਂ ਇੱਕ ਕਮਰੇ ਚ ਸਾਰਾ ਪਰਿਵਾਰ ਸੁੱਤੇ ਪਏ ਸੀ। AC ਵਾਲੇ ਕਮਰੇ ਬੇਟੇ ਨੂੰ AC ਤੋਂ ਬਗੈਰ ਨਹੀਂ ਰੱਖ ਸਕਦੇ ਉੱਥੇ ਸੁੱਤੇ ਪਏ ਸੀ। ਉਹਨਾਂ ਨੇ 1 ਵਜੇ ਆ ਕੇ ਬਾਹਰ ਸਾਡੇ ਨਾ ਗ੍ਰਿਲ ਨਹੀਂ ਲੱਗੀ ਜਾਲੀ ਲੱਗੀ ਸੀ ਬਾਰੀਆਂ ਚ ਗ੍ਰਿਲ ਤੋੜ ਕੇ ਤੇ ਬਾਰੀ ਚ ਵੜ ਕੇ ਅੰਦਰ ਆ ਗਏ। ਅੰਦਰ ਆ ਕੇ ਉਹਨਾਂ ਨੇ ਸਾਡੇ 3 ਤੋਲੇ ਤੋਂ ਸੋਨਾ 3 ਮੁੰਦਰੀਆਂ 1 ਚੈਨੀ ਹੈ 4 ਲੱਖ ਰੁਪਈਆ ਅਸੀਂ 1-1 ਰੁਪਈਆ ਮੇਰੇ ਕੋਲ ਜੋੜਿਆ ਇਕੱਠਾ ਕਰਕੇ ਅਸੀਂ ਚੰਡੀਗੜ੍ਹ ਲੈ ਕੇ ਜਾਣਾ ਸੀ। ਟੈਸਟ ਹੋਣੇ ਸੀ ਮੁੰਡੇ ਦੇ ਜਿਹੜੇ ਅਸੀਂ ਬੱਚਿਆਂ ਦੇ ਪੈਸੇ ਜੋੜੇ ਹੋਏ ਸੀ ਉਹ ਵੀ ਸਾਰੇ ਲੈ ਗਏ ਪਰਸ ਵੀ ਲੈ ਗਏ ਕੋਈ ਚੀਜ਼ ਨਹੀਂ ਉਹਨਾਂ ਨੇ ਛੱਡੀ ਛੱਡੀ। ਬੱਚੇ ਦੀ ਅੱਜ ਡਾਇਲਸਿੰਗ ਹੋਣੀ ਸੀ ਸਾਡੇ ਕੋਲ ਕੋਈ ਪੈਸਾ ਨਹੀਂ ਸੀ ਜਿਹੜਾ ਹਸਪੀਟਲ ਵਿੱਚ ਡਾਇਲਸਿੰਗ ਦੇ ਪੈਸੇ ਲੈ ਕੇ ਚਲੇ ਜੀ। ਉਹ ਬੱਚਾ ਅੱਜ ਰੋਂਦਾ ਗਿਆ ਹਸਪੀਟਲ ਚ ਅਸੀਂ ਅੱਗੇ ਹੀ ਬੜੇ ਪਰੇਸ਼ਾਨ ਸੀ ਸਾਨੂੰ ਹੋਰ ਬੜਾ ਦੁਖੀ ਕਰ।